ਸਾਡੇ ਪਿੰਡ 'ਚ ਇੱਕ ਮਾਈ ਮਰ ਗਈ, ਉੱਤੇ ਇੱਕ ਬੰਦਾ ਬੈਠਾ ਅਤੇ ਅਕਲੂ ਪੂਰਾ ਜਾ ਸਕਾ, ਚੰਗਾ ਹੋਇਆ ਮਰ ਗਈ, ਮੈਨੂੰ ਬੜਾ ਮਰਿੰਦੀ ਆਈ। ਉਹ ਕਿਸੇ ਆਖਿਆ ਮੋਇਆਂ ਨੂੰ ਇੰਝ ਨਹੀਂ ਖਿੰਦਾ, ਉਹ ਸਕਾ ਮੈਂ ਕਿਹੜਾ ਗਿਲਾ ਪਿਆ ਕਰਨਾ, ਮੂੰਹ 'ਤੇ ਪਈ ਪੁੱਛ ਲਓ। ਇੱਥੇ ਇੱਕ ਬਾਈ ਆਇਆ, ਉਹ ਸਕਾ ਜੀ ਦੋ ਫਰਮਾਇਸ਼ਾਂ ਨੇ, ਗਿਣਤੀ ਸੁਣਨੀ ਹੈ, ਇੱਕ 11 ਜ਼ਬਾਨਾਂ ਸੁਣਨੀਆਂ ਨੇ। ਮੈਂ ਕਿਹਾ ਵੀ ਇੱਕ ਫਰਮਾਇਸ਼ ਪੂਰੀ ਅੱਜ ਕਰਾ ਲਓ, ਅਤੇ ਜੇ ਮੁੜ ਜਿਉਂਦੇ ਰਹੇ ਤਾਂ ਇਨਸ਼ਾਅੱਲਾ ਮੁੜ ਸਹੀ। ਵੈਸੇ ਮੈਂ ਇਸ ਮੂਡ 'ਚ ਆਇਆ ਸੀ ਕਿ ਮੈਂ ਅੱਜ ਤੁਹਾਨੂੰ ਨਵੇਂ ਕਲਾਮ ਸੁਣਾਉਂਦਾ, ਲੇਕਿਨ ਚਲੋ ਤੁਹਾਡਾ ਜ਼ੌਕ ਹੈ ਅਤੇ ਤੁਹਾਡੇ ਜ਼ੌਕ ਦੀ ਖਾਤਰ ਮੈਂ ਬਹਰਹਾਲ ਹੁਣ ਆਪਾਂ ਟਾਈਮ ਨੂੰ ਬਚਾਉਣਾ ਹੈ ਅਤੇ ਜਿਤਨਾ ਜਲਦੀ ਹੋ ਸਕੇ ਹਜ਼ਰਤ ਸਾਹਿਬ ਦਾ ਖਿਤਾਬ ਸ਼ੁਰੂ ਕਰਵਾਉਣਾ ਹੈ। ਚਲੋ 11 ਜ਼ਬਾਨਾਂ ਦੀ ਤੁਹਾਡੀ ਫਰਮਾਇਸ਼ ਹੈ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨਾ, ਲੇਕਿਨ ਤੁਸੀਂ ਮੇਰੀ ਫਰਮਾਇਸ਼ ਪੂਰੀ ਕਰਨੀ। ਮੇਰੀ ਫਰਮਾਇਸ਼ ਸੁਭਾਨ ਅੱਲਾ ਹੈ, ਬਸ ਜਿੱਥੇ ਹੁਣ ਤੁਹਾਡੀ ਮੇਰੀ ਕਮਿਟਮੈਂਟ ਹੈ, ਮੈਂ ਤੁਹਾਡੇ ਕਹਿਣ 'ਤੇ 11 ਜ਼ਬਾਨਾਂ ਸ਼ੁਰੂ ਕਰ ਰਿਹਾ। ਜਿੱਥੇ ਤੁਹਾਡੀ ਸੁਭਾਨ ਅੱਲਾ ਢਿੱਲੀ ਹੋ ਗਈ, ਉਹ ਮੇਰਾ ਆਖਰੀ ਸ਼ੇਰ ਹੋਵੇਗਾ। ਜਿੰਨੇ ਦੇਰ ਸੁਣਦੇ ਹੋ ਮੇਰੇ ਸ਼ੇਰ ਸੁਭਾਨ ਅੱਲਾ, ਲੇਕਿਨ ਇਮਾਨਦਾਰੀ ਨਾਲ ਜਿਹੜਾ ਸ਼ੇਰ ਚੰਗਾ ਲੱਗੇ, ਚਸ ਆਵੇ, ਸਮਝ ਆਵੇ, ਉਹ ਸ਼ੇਰ 'ਤੇ ਤੁਸੀਂ ਸਾਰਾ ਜ਼ੋਰ ਲਾ ਕੇ ਬੋਲਣਾ ਹੈ। ਮੈਨੂੰ ਪਤਾ ਲੱਗੇਗਾ ਤੁਹਾਨੂੰ ਇਹ ਸ਼ੇਰ ਦੀ ਚਸ ਆਈ ਹੈ। ਹਜ਼ਰਤ ਸਾਹਿਬ ਤੁਹਾਡੀ ਇਜਾਜ਼ਤ ਨਾਲ ਮੈਂ ਐਵੇਂ ਜਲਦੀ ਜਲਦੀ ਹਾਜ਼ਰੀ ਪੇਸ਼ ਕਰ ਦਿੰਦਾ। ਸ਼ੁਰੂ ਉਵੇਂ ਹੀ ਕਰਾਂਗਾ ਜਿਵੇਂ ਕਰਦਾ ਹੁੰਦਾ ਕਿ ਕੁਛ ਲੋਕ ਕਹਤੇ ਹੈ ਕਿ ਸੁਨੀਓ ਨੇ ਨਾਤ ਖਾਨੀ ਆਜ ਸੇ 10 ਸਾਲ 50 ਸਾਲ ਜਾਂ 100 ਸਾਲ ਸੇ ਰਚਾਈ ਹੈ, ਪਹਿਲੇ ਤੋਂ ਸਰਕਾਰ ਕੀ ਨਾਤ ਨਾ ਥੀ। ਤੋ ਯਾਦ ਰੱਖੀਏ, ਸਰਕਾਰ ਕੀ ਨਾਤ ਕਬ ਸੇ ਹੈ? ਸਰਕਾਰ ਕੀ ਨਾਤ ਤਬ ਸੇ ਹੈ ਕਿ ਜਬ ਜਬ ਨਾ ਥਾ ਤਬ ਤਬ ਨਾ ਥਾ ਕਬ ਕਬ ਨਾ ਥਾ ਅਬ ਅਬ ਨਾ ਥਾ ਬਲਕਿ ਸਿਰਫ ਔਰ ਸਿਰਫ ਰੱਬ ਥਾ। ਉਸ ਵਕਤ ਵੀ ਰੱਬੇ ਕਾਇਨਾਤ ਆਪਣੇ ਮਹਬੂਬ ਪਰ ਦਰੂਦੋ ਸਲਾਮ ਭੇਜਤਾ ਥਾ, ਔਰ ਯਹੀ ਮੇਰੇ ਸਰਕਾਰ ਕੀ ਨਾਤ ਹੈ। ਬਹਰਹਾਲ ਮੁਖਤਸਰ ਕਰਤੇ ਹੋਏ, ਆਜ ਸੇ 1450 ਸਾਲ ਪਹਿਲੇ ਵੀ ਸਰਕਾਰ ਕੀ ਨਾਤ ਲਿਖੀ ਔਰ ਪੜ੍ਹੀ ਜਾਤੀ ਥੀ, ਲੇਕਿਨ ਵੋ ਅਰਬੀ ਦੌਰ ਥਾ, ਉਸ ਵਕਤ ਅਰਬੀ ਮੇਂ ਸਰਕਾਰ ਕੀ ਨਾਤ ਲਿਖੀ ਔਰ ਪੜ੍ਹੀ ਜਾਤੀ ਥੀ। ਸਰਕਾਰ ਕੇ ਚੱਚਾ, ਇਨਸ਼ਾਅੱਲਾ ਤਾਰੀਖ ਕੇ ਹਵਾਲੇ ਸੇ, ਸਰਕਾਰ ਕੇ ਚੱਚਾ ਹਜ਼ਰਤ ਹਮਜ਼ਾ ਬਿਨ ਅਬਦੁਲ ਮੁਤਲਿਬ ਆਪ ਅਰਬੀ ਮੇਂ ਯੂੰ ਲਿਖਤੇ ਹੈਂ, ਵਾ ਅਹਮਦਨ ਮੁਸਤਫਾ ਫੀਨਾ ਮੁਤਾਨ ਫਲਤ ਸ਼ਹੁ ਬਿਲ ਕੌਲ ਆਨੀਫ। ਔਰ ਸਰਕਾਰ ਕੇ ਚੱਚਾ ਹਜ਼ਰਤ ਅਬੂ ਤਾਲਿਬ ਬਿਨ ਅਬਦੁਲ ਮੁਤਲਿਬ ਆਪ ਯੂੰ ਲਿਖਤੇ ਹੈਂ, ਫਸਦਾ ਬਿ ਅਮਰੀਕਾ ਮਾ ਅਲੈਕਾ ਗਦਾਦਤੁਨ ਵਾ ਅਬਸ਼ਰ ਵਾ ਕਰਰੇ ਬਿ ਜ਼ਾਕਾ ਮਿਨਕਾ ਉਯੂਨਨ। ਔਰ 11 ਹਿਜਰੀ ਕੋ ਸੈਯਦਾ ਤੈਯਬਾ ਤਾਹਿਰਾ ਆਬਿਦਾ ਜ਼ਾਹਿਦਾ ਆਲਿਮਾ ਫਾਦਿਲਾ ਰਾਦੀਆ ਮਰਦੀਆ ਬਿੰਤੇ ਖੈਰੁਲ ਵਰਾ ਜ਼ੌਜਾ ਮੁਹਤਰਮਾ ਹਜ਼ਰਤ ਅਲੀਉਲ ਮੁਰਤਜ਼ਾ ਵਾਲਿਦਾ ਮੁਹਤਰਮਾ ਸੈਯਦੁ ਸ਼ੁਹਦਾ ਜਨਾਬੇ ਹਜ਼ਰਤ ਫਾਤਿਮਾ ਤੋ ਜ਼ਹਰਾ। ਸਰਕਾਰ ਕੀ ਪਿਆਰੀ ਬੇਟੀ, ਸਰਕਾਰ ਕੀ ਪਿਆਰੀ ਬੇਟੀ 11 ਹਿਜਰੀ ਕੋ ਲਿਖਤੀ ਹੈ, ਯਾ ਖਾਦਮ ਅਲ ਰਸੂਲ ਅਲ ਮੁਬਾਰਕ ਸਿਨਮਤ ਸੱਲਾ ਅਲੈਕਾ ਮੁਨਜ਼ਲ ਅਲ ਕੁਰਾਨ। ਅੱਛਾ ਤੁਸੀਂ ਸੁਭਾਨ ਅੱਲਾ ਬੋਲੇ ਹੋ, ਲੇਕਿਨ ਸ਼ਾਇਦ ਅਰਬੀ ਹੈ, ਤੁਸੀਂ ਨਾ ਸਮਝਿਓ। ਅਰਬੀ ਨਹੀਂ ਸਮਝੇ ਕੋਈ ਗੱਲ ਨਹੀਂ, ਚਲੋ ਮੈਂ ਤੁਹਾਡੀ ਇਹ ਫਰਮਾਇਸ਼ ਵੀ ਪੂਰੀ ਕਰ ਦਿੰਦਾ। ਅਰਬੀ ਨਹੀਂ ਸਮਝੇ ਕੋਈ ਗੱਲ ਨਹੀਂ, ਫਿਰ ਮੈਂ ਉਰਦੂ ਵਿੱਚ ਇੰਝ ਕਹਾਂਗਾ ਕਿ ਰਹਿਮਤ ਕੀ ਸਕੂਨ ਬਖਸ਼ ਪਨਾਹੋਂ ਮੇਂ ਰਹੇਂਗੇ, ਰਹਿਮਤ ਕੀ ਸਕੂਨ ਬਖਸ਼ ਪਨਾਹੋਂ ਮੇਂ ਰਹੇਂਗੇ, ਸਰਕਾਰੇ ਦੋ ਆਲਮ ਕੀ ਨਿਗਾਹੋਂ ਮੇਂ ਰਹੇਂਗੇ, ਤੜਪੀ ਕੇ ਤੋ ਆਗੋਸ਼ ਮੇਂ ਲੈ ਲੇਂਗੇ ਵੋ ਨਾਸਿਰ, ਅਰੇ ਕੁਛ ਦੇਰ ਤੋ ਸਰਕਾਰ ਕੀ ਬਾਹੋਂ ਮੇਂ ਰਹੇਂਗੇ, ਤੜਪੀ ਕੇ ਤੋ ਆਗੋਸ਼ ਮੇਂ ਲੈ ਲੇਂਗੇ ਵੋ ਨਾਸਿਰ, ਕੁਛ ਦੇਰ ਤੋ ਸਰਕਾਰ ਕੀ ਬਾਹੋਂ ਮੇਂ ਰਹੇਂਗੇ। ਅਗਰ ਕੋਈ ਅਰਬੀ ਉਰਦੂ ਨਾ ਸਮਝੇ, ਫਿਰ ਮੈਂ ਪਸ਼ਤੋ ਵਿੱਚ ਇੰਝ ਕਹਿਣਾ, ਉਸਤਾਦ ਅਦਰ ਮਲੰਗ ਯਮਾ ਮਲੰਗ ਮੇਦਾ ਦਰਬਾਰ ਕਾ, ਉਸਤਾਦ ਅਦਰ ਮਲੰਗ ਜਮਾ ਮਲੰਗ ਮੇਦਾ ਦਰਬਾਰ ਕਾ, ਖੋ ਗਾ ਪੈਗੰਬਰ ਆਈ ਆ ਖਾਦਿਮ ਮੇਦਾ ਪੇਜ਼ਾਰ ਕਰ 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 ਕਰ। ਅੱਛਾ ਵੈਸੇ ਇੱਕ ਗੱਲ ਹੈ ਕਿਬਲਾ ਰਾਬੀ ਸਾਹਿਬ, ਇਹ ਮੂਵੀ ਵਾਲੇ ਤੋਂ ਇਸ ਪਾਸੇ ਤੇ ਇਸ ਪਾਸੇ ਦੋ ਗਰੁੱਪ ਨੇ, ਇਸ ਪਾਸੇ ਵਾਲਿਆਂ ਦੀ ਸੁਭਾਨ ਅੱਲਾ ਤਕੜੀ ਹੈ, ਉਸ ਪਾਸੇ ਵਾਲੇ ਵਾਲੀ ਢਿੱਲੇ ਨੇ। ਹੁਣ ਦੋਵਾਂ ਗਰੁੱਪਾਂ ਦਾ ਮੁਕਾਬਲਾ ਹੈ, ਦੋਵਾਂ ਗਰੁੱਪਾਂ ਦਾ ਤੇ ਨੇਕੀ ਵਿੱਚ ਮੁਕਾਬਲਾ ਸਾਹਿਬਾਂ ਦੀ ਸੁਨਤ ਹੈ। ਆ ਹੁਣ ਮੈਂ ਇਹ ਦੁਆ ਕਰਨੀ, ਯਾ ਅੱਲਾ ਜਿਹੜੇ ਗਰੁੱਪ ਵੱਲੋਂ ਸੁਭਾਨ ਅੱਲਾ ਵੀ ਉੱਚੀ ਹੋਵੇ, ਆਤ ਵੀ ਉੱਚੀ ਹੋਣ, ਉਸ ਗਰੁੱਪ ਵਾਲਿਆਂ ਨੂੰ ਜਲਦੀ ਮਦੀਨਾ ਪਾਕ ਦੀ ਹਾਜ਼ਰੀ ਨਸੀਬ ਹੋਵੇ। ਬਸ ਹੁਣ ਇਸ ਗੱਲ ਨੂੰ ਜ਼ਿਹਨ ਵਿੱਚ ਰੱਖ ਕੇ ਸੁਭਾਨ ਅੱਲਾ ਕਹਿਣੀ ਹੈ। ਪਸ਼ਤੋ ਨਹੀਂ ਸਮਝੇ ਕੋਈ ਬਾਤ ਨਹੀਂ, ਅਗਰ ਤੁਸੀਂ ਪਸ਼ਤੋ ਨਹੀਂ ਸਮਝੇ ਫਿਰ ਮੈਂ ਸਿੰਧੀ ਬੋਲੀ ਵਿੱਚ ਇੰਝ ਕਹਾਂਗਾ, ਕੱਡਾਂ ਭਰ ਸਾਡੋ ਸਫੀਨੋ ਨਾ ਥੀਂਦੋ, ਕੱਡਾਂ ਪਰ ਸਾਡੋ ਸਫੀਨੋ ਨਾ ਥੀਂਦੋ, ਮਲਾ ਜੇ ਮੁਹੰਮਦ ਨਗੀਨੋ ਨਾ ਥੀਂਦੋ, ਕਈ ਸ਼ਹਿਰ ਥੀਂਦੋ ਨਾ ਦੁਨੀਆ ਤੇ ਨਾ ਸਿਰ, ਜੇ ਧਰਤੀ ਦੇ ਉੱਤੇ ਮਦੀਨੋ ਨਾ ਥੀਂਦੋ, ਕਈ ਸ਼ਹਿਰ ਥੀਂਦੋ ਨਾ ਦੁਨੀਆ ਤੇ ਨਾਸਰ, ਜੇ ਧਰਤੀ ਦੇ ਉੱਤੇ ਮਦੀਨੋ ਨਾ ਥੀਂਦੋ। ਅਗਰ ਕੋਈ ਸਿੰਧੀ ਨਾ ਸਮਝੇ ਫਿਰ ਮੈਂ ਸਰਾਇਕੀ ਬੋਲੀ ਵਿੱਚ ਇੰਝ ਕਹਿਣਾ, ਤੇ ਸਰਾਇਕੀ ਬੋਲੀ ਬੜੀ ਮਿੱਠੀ ਬੋਲੀ ਹੁੰਦੀ ਹੈ। ਵੈਸੇ ਤੁਰਾਬੀ ਸਾਹਿਬ ਮੇਰਾ ਅਲਹਮਦੁਲਿਲਾ ਅੱਜ ਕੱਲ੍ਹ ਇਹ ਡੇਰਾ ਗਾਜ਼ੀ ਖਾਨ ਦੁਨੀਆਪੁਰ ਕਰੋੜ ਪੱਕਾ ਇਹਨਾਂ ਇਲਾਕਿਆਂ ਜ਼ਿਆਦਾ ਪ੍ਰੋਗਰਾਮ, ਉਹ ਮੈਂ ਉੱਥੇ ਜਾਂਦਾ, ਮੈਂ ਨਾ ਕੋਈ ਤੁਹਾਨੂੰ ਸਮਝ ਆਉਂਦੀ, ਉਹ ਆਉਂਦੇ ਨੇ ਅਸੀਂ ਸਰਾਇਕੀ ਨਹੀਂ ਸੁਣਦੇ ਨਾ ਉਰਦੂ ਸੁਣਦੇ, ਸਾਨੂੰ ਤੁਹਾਡੀ ਜੰਗਲੀ ਪੰਜਾਬੀ ਦੀ ਚਸ ਆਉਂਦੀ ਹੈ, ਤੇ ਇਹ ਸਾਡੇ ਇਲਾਕੇ ਦੇ ਲੋਕ ਸਰਾਇਕੀ ਖੁਸ਼ ਹੋ ਕੇ ਸੁਣਦੇ ਨੇ। ਲੈ ਹੁਣ ਮੈਂ ਸਰਾਇਕੀ ਬੋਲੀ ਵਿੱਚ ਇੰਝ ਕਹਿਣਾ, ਯਾ ਰਸੂਲ ਅੱਲਾ ਯਾ ਹਬੀਬ ਅੱਲਾ ਤੜੀਰਾ ਵਿੱਚ ਬਹਾਣ ਦਾ ਸ਼ੌਕ ਜੋ ਹੈ, ਕੱਡਾਂ ਉੱਥੋਂ ਬਹਾਂਦਾ ਕੱਡਾਂ ਇੱਥੋਂ ਬਹਾਂਦਾ।
یا رسول اللہ تیڑی راہ وچ بہن دا شوق جو ہے کدا اٹھ بہندا کدا اٹھ بہندا تیرے ذکر چ ماہی گم تھی کے گت سارے جگ تھی وٹھ بہندا تیرا نقش قدم مت نظر پوے کدا کٹھ بہندا کدا کٹھ بہندا سونا آندا ہے ناصر آ جاندا ہے نت روز طریقہ مٹھ بہندا سونا آندا ہے ناصر آ جاندا ہے نت روز طریقہ مٹھ بہندا اگر کوئی سرائکی دا ذوق نہ رکھے میں پوربی بولی وچ انج کہندا ہوں نا کہ جس بندے پہ ان کی نظریہ ہو جاتی ہے جس بندے پہ ان کی نظریہ ہو جاتی ہے دلہن جیسی اس کی عمریہ ہو جاتی ہے ناصر موری بعد صدائیں جاتی ہیں ارے مورے نبی کو پہلے خبریہ ہو جاتی ہے ناصر موری بعد صدائیں جاتی ہیں مورے نبی کو پہلے خبریہ ہو جاتی ہے اگر کوئی پوربی دا ذوق نہ رکھے پوٹواری بولی اے پہاڑی بولی جڑا بندہ کدی کوئی خاص کر گولڑا شریف یا پنڈی دے علاقے وچ گیا ہے او پہاڑی بولی وچ میں کہاں گا کہ قیامت دے دہاڑے جہاناں نہ والی قیامت دے دہاڑے جہاناں نہ والی نہ تانڈی منیسی نہ مینڈی منیسی منیسی تے اپنے نبی نہیں منیسی نہ اس نہیں منیسی تے ود کینڈی منیسی منیسی تا اپنے نبی نہیں منیسی نہ اس نہیں منیسی تا وقت کنڈی منیسی اگر کوئی پوٹواری نہ سمجھے تو میں سمجھنا ہوں زیادہ پڑھے لکھیا ہے وہ زیادہ پڑھے لکھیا بندہ انگلیش سمجھتا ہے تو کوئی گل نہیں پھر آپ انگلیش کافی ہوئے چینج کہہ دینے ہیں کہ مولا کہنا ہے سونے نو حشر اندر جنی دل چوندہی انی لیس کر دے تینو کنے حبیب آج روکنا ہے نامِ امت دے جنت دا میس کر دے جیڑے تیرے نہیں انہ دیا چیرے آتے نظر نال تحریر ایڈریس کر دے ناصر جیڑے تو نال لجامنے نے صرف نال اشارے دے یس کر دے ناصر جیڑے تو نال لجامنے نے صرف نال اشارے دے یس کر دے تو آڈیاں بھی دو ڈیوٹیاں نے تے میریاں بھی دو ڈیوٹیاں نے تو آڈی ایک ڈیوٹی آت تجھے کرنا تے دوئی سبحان اللہ کہنا تے میری ایک ڈیوٹی شیر پڑھنا تے دوئی ڈیوٹی بھونڈیاں کرنا میریاں بھی دو ڈیوٹیاں لگی ہوئی ہیں تسی بھی دو ڈیوٹیاں کر رہے ہو ذرا ہاتھ چاہ کے خوش ہو گئے تو ایک بار اونچا کہو سبحان اللہ اچھا اگر کوئی انگلش کافی زیادہ ذوق نہ رکھے تو پھر میں لاہوری پنجابی میں چینج کہندا ہوں کہ مدینے دی مٹی دوائی تو ود دے او کیڑی شے نبی دی گدائی تو ود دے اسی لڈو شڈواں دے کاٹی شوقین ہاں ساڈے مدنی دا ناں ہی مٹھائی تو ود دے اسی لڈوئے شڈوئے دے کاٹی شوقین ہاں ساڈے مدنی دا ناں ہی مٹھائی تو ود دے حاجی گلزار صاحب کوئی بھائی عارف صاحب نو اے نہ کہہ دے وے چنگا نقیب بلایا مٹھا دس گیا شوگر دا مرض آ میں ڈرنا نہیں چشتی نسخہ وی نال لے کے آیا ہے کہ شفائی شفاو دے جوڑے دی کھا کے میرا سونا نبیاں جو یکتا ہے تا کے اور محمد دا ناں پاویں مٹھا ہے ناصر تو رج کے لیا کرے شوگر تو پا کے محمد دا نام پاوے مٹھا ہے ناصر تو رج کے لیا کرے شوگر تو پا کے لے میں نو بولیاں پڑھ لیا نے بولیاں رہ گیا نے دو ہن میں ایسی بولی سنانی ہے بولنی تسی سنی ہوے گی لیکن اس بولی وچ میرے علاوہ کسے تو شعر نہیں سنیا ہوے گا میں بڑی گارنٹی نال گل کر رہا اے ہے مہاجری پنجابی کیونکہ ہر 15-20 کلومیٹر تو بعد بولی بدل جاندی ہے مہاجری پنجابی وچ میں جی کہنا ہے کہ گیت نبی دے گاں دے راں دے جی میں دل نے سبحان اللہ کہہ لینا لیکن میری محنت ویکھنی ہے گیت نبی دے گاں دے راں دے محفل کریں سجاں دے راں دے پیارے نبی دے پیار دا صدقہ اسی وی جنت جاں دے راں دے پیارے نبی دے پیار دا صدقہ اسی وی جنت اچھا 10 بولیاں نہیں سمجھے کوئی گل نہیں 11ویں بولی تے میری راوی دی جٹکی پنجابی شعر دی سمجھ وی اسی انشاءاللہ تے چس وی آوے گی لے پنڈال دے آخری بندے تو لے کے اے حاجی گلزار تک بھاویں منہ تے ہاتھ رکھ لو سبحان اللہ نکل جانی ہے تے میں انج کہنا ہے کہ بندے ٹھنڈے سجدے جائیے بندے ٹھنڈے سجدے جائیے ہر محفل وچ گجدے جائیے دیوے رب توفیق دے ساگر روز مدینے بج دے جائے دیوے رب توفیق جے ساگر دیوے رب توفیق جے ساگر روز مدینے بج دے جائیے جدو فقیر آپ موہ کھڑکاندہ ہے نا تکی سے گھر آٹا ہوئے نا تے او فقیر نو خیر پا دینا ہے کوئی ایسے گھر ہوندے نا گھر ہوندے ہیں بھی آن دینے معاف کر سبحان اللہ سارے ہیں کوڑ ہوندی ہے لیکن ہر بندہ نہیں بولدہ او بولدہ ہے جی زبان اللہ پسند کردہ ہے
ਲੈ ਮੈਂ ਯਾਰਵੀਂ ਬੋਲੀ ਪੜ੍ਹੀ ਹੈ ਤੇ ਯਾਰਵੀਂ ਬੋਲੀ ਤੁਸੀਂ ਚਸ ਨਾਲ ਸੁਣੀ, ਇਸ ਬੋਲੀ ਵਿੱਚ ਸ਼ੇਰ ਮੇਰੇ ਨਾਲ ਇੱਕ ਰਲ ਕੇ ਪੜ੍ਹ ਲਓ, ਜ਼ਰਾ ਮਜ਼ਾ ਬਣ ਜਾਏ, ਚਸ ਬਣ ਜਾਏ, ਤੁਹਾਡੀ ਵੀ ਹਜ਼ੂਰ ਦੇ ਨਾਥ ਖਾਨਾ ਵਿੱਚ ਹਾਜ਼ਰੀ ਹੋ ਜਾਏ। ਹੱਥ ਚੁੱਕ ਕੇ ਤੁਸੀਂ ਇਹ ਸਾਰੇ ਮੇਰੇ ਤੋਂ ਪੜ੍ਹੇ ਲਿਖੇ, ਮੈਂ ਤਾਂ ਝਟਕਾ ਜਿਹਾ ਬੰਦਾ ਅਨਪੜ੍ਹ ਜਿਹਾ, ਲੇਕਿਨ ਮਿੰਟ ਦਾ ਮਿੰਟ ਮੈਂ ਉਸਤਾਦ ਤੇ ਤੁਸੀਂ ਸ਼ਾਗਿਰਦ, ਫਿਲ ਇਨ ਦੀ ਬਲੈਂਕਸ, ਖਾਲੀ ਜਗ੍ਹਾ ਪੁਰ ਕਰਨੀ ਹੈ। ਸ਼ੇਰ ਦਾ ਆਖਰੀ ਲਫ਼ਜ਼ ਹੈ ਨਹੀਂ ਹੁੰਦੀ, ਬਾਕੀ ਸ਼ੇਰ ਮੈਂ ਪੜ੍ਹਾਂਗਾ, ਨਹੀਂ ਹੁੰਦੀ ਤੁਸੀਂ ਬੋਲੋਗੇ ਕਿ ਜਦਾ ਕਰਮ ਦਾ ਵਸਦਾ ਹੈ ਮੀਂਹ ਖੁੱਲ ਕੇ ਮੁੜ ਕਣ ਕਣ ਕਿਣ ਕਿਣ। ਅੱਛਾ ਸਦਕੇ ਜਾਵਾ, ਮੈਂ ਗੁਰਦੇ ਦੀ ਤਕਲੀਫ਼ ਨਾਲ ਜ਼ੋਰ ਲਾਈ ਜਾਂਦਾ, ਤੁਹਾਨੂੰ ਨਹੀਂ ਹੁੰਦੀ ਵੀ ਨਹੀਂ ਹੁੰਦੀ। ਯਾ ਅੱਲਾ ਜਿਹੜਾ ਸ਼ੇਰ ਵਿੱਚ ਮੇਰਾ ਸਾਥ ਦੇਵੇ, ਬੇ ਔਲਾਦ ਹੈ ਤੇ ਹਜ਼ੂਰ ਦੇ ਜ਼ਿਕਰ ਦਾ ਸਦਕਾ ਸਾਹਿਬੇ ਔਲਾਦ ਹੋ ਜਾਵੇ। ਮੇਰੇ ਮਾਲਕ ਕੋਈ ਬਿਮਾਰ ਹੈ ਤੇ ਸਿਹਤ ਯਾਬ ਹੋ ਜਾਏ, ਜਿਹੜਾ ਕੋਈ ਦਿਲ ਲਈ ਤਮੰਨਾ ਲੈ ਕੇ ਆਇਆ ਹਜ਼ੂਰ ਦੇ ਮਿਲਾਪ ਦਾ ਸਦਕਾ ਪੂਰੀ ਹੋ ਜਾਏ। ਲੈ ਜਿਹਦਾ ਈਮਾਨ ਹੈ ਹਜ਼ੂਰ ਦੀ ਮਹਿਫਲ ਜੋ ਮੰਗੀਏ ਮਿਲਦਾ ਹੈ, ਉਸ ਬੰਦੇ ਨੂੰ ਦਾਵਾ ਦੀ ਹੱਥ ਚੁੱਕ ਕੇ ਸ਼ੇਰ ਵਿੱਚ ਮੇਰੇ ਨਾਲ ਸ਼ਾਮਿਲ ਹੋ ਜਾਏ ਕਿ ਜਦਾ ਕਰਮ ਦਾ ਵਸਦਾ ਹੈ ਮੀਂਹ ਖੁੱਲ ਕੇ ਮੁੜ ਕਣ ਕਣ ਕਿਣ ਕਿਣ ਨਹੀਂ ਆਉਂਦੀ, ਤੇ ਜਦੋਂ ਛੱਪਰ ਪਾੜ ਕੇ ਦਿੰਦਾ ਹੈ ਮੁੜ ਕਣ ਕਣ ਕਿਣ ਕਿਣ ਨਹੀਂ ਆਉਂਦੀ, ਤੇ ਅਸੀਂ ਨਾਸਿਰ ਸ਼ਾਹ ਜਦੋਂ ਰੋਂਦੇ ਆਏ ਮੁੜ ਸਾਥੂ ਫੇਣ ਫੇਣ ਨਹੀਂ ਆਉਂਦੀ, ਉਹਦਾ ਨਾਂ ਕੱਜ ਵੱਜ ਕੇ ਲੈਂਦੇ ਨੇ ਆ ਸੁਨੀਆਂ ਤੋਂ ਮੇਣ ਮੇਣ, ਉਹਦਾ ਨਾਂ ਗੱਜ ਵੱਜ ਕੇ ਲੈਂਦੇ ਨੇ।